Çardımış. Gel burada. ठीक है कुड़े, ठीक है। पूजा कर देने ਸੁੰਗਲਾ ਸੁੰਗਲਾ ਸਮਾਰ ਕੇ ਕੋਰੋਨਾ ਲੱਗ ਜੇ ਨਾ ਸਾਨੂੰ ਜੱਚਾ ਕਰਦੇ ਗੱਗੂ ਦੀ ਕੱਟੀ ਪਈ ਖਾ ਗਈ ਕਾਗਜ਼ ਮੋਮੀ ਕਾਗਜ਼ ਲਫਾਫਾ ਹੁੰਦਾ ਜਿਹੜਾ ਆਪਣਾ ਉਹ ਲੰਘਾ ਗਈ ਅਤੇ ਉਹ ਲੱਗ ਗਿਆ ਜਾ ਕੇ ਕਿਤੇ ਫੇਫੜੇ 'ਤੇ ਹੁਣ ਸਾਹ ਥੋੜ੍ਹਾ ਜਿਹਾ ਔਖਾ ਲੈ ਰਹੀ ਆ ਅਤੇ ਜੇ ਤਾਂ ਬਾਈਪਾਸ ਲੰਘ ਗਿਆ ਫਿਰ ਤਾਂ ਕੰਮ ਠੀਕ ਆ ਜੂ ਤਾਂ ਨਹੀਂ ਉਹ ਦਿੱਕਤ ਵੀ ਦੇ ਸਕਦਾ ਲਫਾਫਾ ਅਤੇ ਆ ਅਜਵਾਇਣ ਦੀ ਧੂਣੀ ਜੀ ਦੇ ਰਿਹਾ ਚਾਚਾ ਇਹਨੂੰ ਕਿ ਨਜ਼ਲਾ ਜ਼ੁਕਾਮ ਜਿਹਾ ਥੋੜ੍ਹਾ ਜਿਹਾ ਠੀਕ ਰਹੇ ਇਹਦੇ ਨਾਲ ਐਂ ਹੁੰਦਾ ਚਾਚਾ ਹਾਂ ਅਤੇ ਨਾਸਾਂ ਜੀ ਖੁੱਲ੍ਹੀਆਂ ਰਹਿਣਗੀਆਂ ਚਾਚਾ ਕਹਿੰਦਾ ਇੰਨੇ ਨਾਲ ਇਹਦੀਆਂ ਅਤੇ ਗੱਗੂ ਅੱਜ ਘਰ ਹੈ ਜੀ ਨੌਜਵਾਨ ਨਾਨਕੀ ਗਿਆ ਅਤੇ ਮਾਸੀ ਵੀ ਨਾਨਕੀ ਵੱਗ ਗਈ ਅਤੇ ਅੱਜ ਇੱਥੇ ਲਾਵਾਂਗੇ ਚਾਚੇ ਕੋਲ ਡਿਊਟੀ ਦੁਪਹਿਰੇ ਨੀਰਾ ਚਾਰਾ ਪਾਵਾਂਗੇ ਲੈ ਕੁੱਕੜਾ ਤੂੰ ਵੀ ਆ ਗਿਆ ਪਿੱਛੇ ਕਿਹੜਾ ਵਾਂਗਾਂ ਦੇ ਜਿੰਨਾ ਅਤੇ ਥੋੜ੍ਹਾ ਜਿਹਾ ਧਾਂਸੀ ਜਾਂਦੀ ਆ ਅਤੇ ਡਾਕਟਰ ਦਾ ਕਹਿਣਾ ਇਹ ਵੀ ਸੀ ਕਿ ਭਾਈ ਹੋ ਸਕਦਾ ਹਾਥੂ ਆਇਆ ਹੋਵੇ ਦੁੱਧ ਪੀਤੇ ਤੋਂ ਪਰ ਚਾਚਾ ਕਹਿੰਦਾ ਦੇਖਿਆ ਜੀ ਲਫਾਫਾ ਇਹਦੇ ਕੋਲ ਪਿਆ ਜਦੋਂ ਬਈ ਚੱਕਣ ਗਏ ਅਤੇ ਚੱਬ ਕੇ ਟਪਾ ਗਈ ਅੰਦਰ ਛੋਟੇ ਜਿਹਾ ਚਾਚਾ ਲਫਾਫਾ ਹਾਂਜੀ ਅਤੇ ਉੱਧਰ ਬੰਨੀ ਹੋਈ ਸੀ ਚਾਚਾ ਕਹਿੰਦਾ ਲਫਾਫਾ ਨਹੀਂ ਰੀਨੂਰੀ ਨਾਲ ਹਵਾ ਨਾਲ ਕਿਤੇ ਪਾਸ ਉੱਡ ਕੇ ਆ ਗਿਆ ਹੋਣਾ ਛੋਟਾ ਮੋਟਾ ਅਤੇ ਪਰ ਇਹ ਲਫਾਫੇ ਜੇ ਤੰਗ ਕਰਦੇ ਆ ਗਲਦੇ ਹੈ ਨਹੀਂ ਗੇ ਅਤੇ ਤਾਂ ਹੋ ਸਕਦਾ ਦਿੱਕਤ ਆ ਜੀ ਹੋ ਸਕਦਾ ਠੀਕ ਹੋ ਜੇ ਰੱਬ ਕਰੇ ਚੱਲ ਫੋਨ ਕਰਦੇ ਹਾਂ ਚਾਹੇ ਕੋਈ ਲੋੜ ਹੋਈ ਤਾਂ ਪ੍ਰਸ਼ਾਦਾ ਪਾਣੀ ਛਕਦਾ ਉਹਨੇ ਮੈਂ ਅਤੇ ਠੀਕ ਹੈ ਗੁੱਡ ਮੋਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅਤੇ ਅੱਜ 31 ਅਕਤੂਬਰ 2023 ਅਤੇ ਦਿਨ ਵੀਰਵਾਰ ਦਾ ਸਮਾਂ ਸਵੇਰੇ ਦੇ 9 ਵੱਜ ਚੁੱਕੇ ਨੇ ਗੱਗੂ ਦੇ ਘਰ ਆਏ ਹੋਏ ਸੀ ਇੱਧਰ ਅਤੇ ਗੱਗੂ ਅਤੇ ਮਾਸੀ ਦੇ ਨਾਨਕੀ ਗਏ ਹੋਏ ਚਾਚੇ ਨੇ ਫੋਨ ਕਰਿਆ ਕਹਿੰਦਾ ਕੱਟੇ ਲਫਾਫਾ ਚੱਬ ਕੇ ਲੰਘਾ ਗਈ ਆ ਛੋਟਾ ਜਿਹਾ ਸੀ ਲਫਾਫਾ ਕਹਿੰਦੇ ਹਵਾ ਨਾਲ ਉੱਡ ਕੇ ਕੋਲ ਆ ਗਿਆ ਸੀ ਕਿਤੇ ਤੋਂ ਥੋੜ੍ਹੀ ਜਿਹੀ ਸਾਹ 'ਚ ਦਿੱਕਤ ਹੋ ਰਹੀ ਆ ਡਾਕਟਰ ਬੁਲਾਇਆ ਸੀ ਜਦੋਂ ਟੀਕੇ ਲਾ ਕੇ ਕੋਈ ਧੜਕਣ ਧੁੜਕਣ ਸੈੱਟ ਕਰਨ ਵਾਲੇ ਅਤੇ ਧੂਣੀ ਜੀ ਦਿੱਤੀ ਆ ਕਿ ਨਜ਼ਲਾ ਜਿਹਾ ਡਿੱਗ ਪਏ ਨੱਕ ਖੁੱਲਿਆ ਰਹੇ ਅਤੇ ਖੈਰ ਧੰਨਵਾਦ ਭਾਈ ਵੀਡੀਓ 'ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖ ਬਲੌਗ ਤੁਹਾਨੂੰ ਬਾਕੀ ਬਹੁਤ ਜ਼ਿਆਦਾ ਵਧੀਆ ਲੱਗਣ ਵਾਲੇ ਇਸ ਗੱਲ ਦੀ ਗਰੰਟੀ ਅਸੀਂ ਪਹਿਲੀਆਂ ਜਿਹਨੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਸਬੁੱਕ 'ਤੇ ਦੇਖ ਲਓ ਤਾਂ ਪੇਜ ਨੂੰ ਫੋਲੋ ਵੀ ਲਾਜ਼ਮੀ ਕਰ ਲਿਓ ਅਤੇ ਫਿਲਹਾਲ ਪ੍ਰਸ਼ਾਦਾ ਪਾਣੀ ਛਕਦੇ ਹਾਂ ਅਗਲੀ ਕਹਾਣੀ ਤੁਹਾਨੂੰ ਨਾਲ ਨਾਲ ਦੱਸਦੇ ਹਾਂ ਅਤੇ ਉੱਦਣ ਆਪਣੇ ਸ਼ਟਰ ਦਾ ਚਾਦਰਾਂ ਦਾ ਸਮਾਨ ਜਿਹਾ ਲਿਆਂਦਾ ਸੀ ਜਿੱਦਣ ਇੱਕ ਪੈਪ ਦਾ ਟੋਟਾ ਰਹਿ ਗਿਆ ਸੀ ਲਿਆਉਣਾ 2 ਇੰਚੀ ਪੈਪ 12 ਫੁੱਟੀ ਅਤੇ ਸ਼ਾਇਦ ਸਤੂਰਗੜ੍ਹ ਜਾਣਾ ਪੈ ਜੇ ਅਤੇ ਅਗਲਾ ਕੰਮ ਕਰ ਤੁਹਾਨੂੰ ਸਾਰਾ ਨਾਲ ਨਾਲ ਦਿਖਾਈ ਜਾਵਾਂਗੇ ਪਿੰਡਾਂ ਵਾਲੇ ਦੇਸੀ ਮਾਹੌਲ ਚਾਲ ਅਤੇ ਲਾਇਕ ਵਾਲੇ ਅੰਗੂਠਾ ਜੇ ਦੱਬ ਦਿਓ ਤੁਸੀਂ ਅਤੇ ਕੋਠੇ ਉਹਦੀ ਟੱਪ ਕੇ ਇੱਧਰ ਆਪਣਾ ਘਰ ਹੈ ਚੱਲ ਵੇ ਚੱਲ ਚੋਬਰਾ ਅਤੇ ਨੌਜਵਾਨ ਆਪਣਾ ਚੱਲਿਆ ਭਾਈ ਪ੍ਰਾਹੁਣਾ ਸਾਹਿਬ ਹੋਰਾਂ ਨਾਲ ਟਰੈਕਟਰ ਵਟਾਉਣ ਅਤੇ ਉਹ ਕਹਿੰਦੇ ਅਸੀਂ ਝੋਨਾ ਵੱਢਣਾ ਅਤੇ ਉਹ ਟਰੈਕਟਰ ਲਾਉਂਦੇ ਨਹੀਂ ਟਰਾਲੀ 'ਤੇ ਕਿਵੇਂ ਆ ਗੱਲ
ਕਿਵੇਂ ਆ ਕੀ ਹੋ ਗਿਆ ਗਲਤ ਖੇਡਦੇ ਖੇਡਦੇ ਡਿੱਗ ਪਿਆ ਰਗਾਲ ਜੀ ਯਾਰ ਬੰਦੇ ਖੇਡਦੇ ਖੇਡਦੇ ਡਿੱਗਿਆ ਸੀ ਨਾ ਹਾਂ ਪੱਕਾ ਆਂਖ ਮੇ ਆਂਖ ਮਿਲਿਆ ਕਰ ਬਾਤ ਕਰੋ ਹਾਂ ਸਹੀ ਗੱਲ ਆ ਹੈ ਸਹੀ ਗੱਲ ਆ ਲੱਗ ਨਹੀਂ ਰਿਹਾ ਉਹ ਨਹੀਂ ਯਾਰ ਮੋਟਰ ਮੋਟਰਸਾਈਕਲ ਤੋਂ ਡਿੱਗਿਆ ਨਾ ਨਾ ਮੋਟਰ ਸਾਈਕਲ ਤੋਂ ਚੱਕੀ ਨਹੀਂ ਗਿਆ ਮਹੀਨਾ ਹੋ ਗਿਆ ਓ ਡਿੱਗ ਪਿਆ ਰਗਾਲ ਜੀ ਵਾਹ ਦੇਖ ਮੂੰਹ ਤੇ ਦੇਖ ਮਾਈ ਸੱਟਾਂ ਖਾਈ ਵਰਦਾ ਦੇਖੀ ਮੰਮੀ चंगे भले बंद जमा एक गार च बिठा दें किसी का पता लैन वग जान भी अपन सारे पता ही है कि किवें कर दया होंगे बाकी समा पौने 10 बजे का हो गया तो हाले तक मेरी कोई तैयारी नहीं हुई आने जाने की तो फिलहाल एक अपनी हजे पैप बची पी है रंग करने वाली तो जाने की तैयारी भी करना किधर गई आई ये जिमें पिलर लाने होंगे खूंजे च पैप लाने जिमें आई पैप आ ये थान तो यह लानी है उत्ते कबाड़ चो लैके आए थे तो कई वीर कहें भाई तुम पैपा कबाड़ चो लैनिया से कबाड़ चो भी बई 50-55 रुपये बोलते है कि ना उही चीज़ नहीं मिलती तो वो जिहड़ियां सामने कल रंग करिया ने सामने इंग्लैंड तो एक वो पैप ही आ 22-22 फुट लम्मी वह तो 65 रुपये किलो लैके आते जिन्हें चादर लिया 790 रुपया की 12 फुटी एक चादर दिती सी तो मिस्त्री हजे न्याणी दे रहा किसी से लग्या भाई अज आऊँ कल आऊँ ऐ करी जाता तो हो सकता कल या परसों तक शायद आ जाए तो एक पैप वो लियानी हैगी 12 फुटी उद भुल गए दिमाग चो गल निकल गई तो वही जे बाणिया सी भाई तो उन्होंने भी याद नहीं कराया ना असं पहलियाँ दसी गए भाई असं एक 12 फुटी पैप भी लैनी हैगी आई ए लियानी हैगी 2 इंची तो आ चैनर इंग्लैर न कही जाना मैं कहना चैनर हाँ चैनर ही होंगे गा तो वेखते हैं कि माहौल बनता हाले थोड़ी जी ठंड हैगी बंबू काटते जाने तो वेखते हैं शायद रूड़ी तो सरजी या सतलगढ़ जाना पवे पिंदू मित्र गुआढ़ी पूछेगा मैं बंबू काटते माड़ा जहा काम पैप चक्के लिया टूटा जहा वो कहना चल बड़ा गया मैंने पहला मैंने ये गला गगू भी है नहीं नानकी गया मनप्रीत भी है नहीं गा तो मैं ये बस से ले आऊँगा तो फिर हूँ उन्हें मैं इनू ला देने थोड़ी जी जर जंगाल तो फिर कट्ठे रंग कर देंगे लिया के तो उन्हें फिर माड़ी जी धुप्प होर चढ़ जूगी तो फिर बंबू कट तो जाई जावे हौली हौली दोनों मित्र इस मित्र का ना कहते गुरमेल सिंह जिन्हों के पिंदू ने रेफरेंस से भेजा कहता मैं कम असल च सुरिंदर के ब्याह च ने मित्र उधर से सारे इधर दाणा मंडी एन खचा खच भर चुकी है झोने नाल इनू भी रोड़ी काम से हम दो मित्र अस मिल के रोड़ी चलते हैं चलिए नसजना घर खड़ना बढ़िया वीरे ठीक है इस टाइम गुरमेल के गेट पर खड़े ने दो डाकूमेंट्स चकने से बैंक च काम आगा तो पिछे जी आवाज़ आ रही है ये दसो किस चीज़ की आवाज़ हैगी हाँ 2 इंची पैप 12 फुट चाहिए कट के दो छोटा होगा किन्ने फुटा है मिनट फिर 2 फुट टूटा मेरे को पै जाए 10 हो तो मैं बेल्ट करा दूंगा मिनी बारह फुट कर दो पूरी तो मार लिया भाई अपने पैप का सौदा तो पहला तो मुकर गए थे कहते अभी बढ़ के नहीं देंगे भाई टूटा गए को लै जो 9 फुट का ही 10 फुट का हों भी लै जाते 2 फुट घरें पैसे वो जड़ा लेंगे तो गुरमेल मित्र ने भी बनाता कबीलदार अज चलिए सजना बह जा लोटा जू
ਲਓ ਵੀ ਲੈ ਕੇ ਪੈਪ ਘਰੇ ਪਹੁੰਚੇ ਤੇ ਮਨਪ੍ਰੀਤ ਵੀ ਟਰੈਕਟਰ ਦੀ ਅਦਲਾ ਬਦਲੀ ਕਰਕੇ ਆ ਗਿਆ ਤੇ ਆਉਣ ਸਾਰ ਕਹਿੰਦਾ ਛਤਰੀ ਲਾ ਦੀਏ ਮਗਰ ਵੀ ਨਾ ਹੋਈ ਚੱਕੇ ਥੱਲੇ ਲਾ ਲੈ ਚਿਆ ਕੋਈ ਧੰਨਵਾਦ ਸੱਜਣਾ ਤੇ ਕੈਮਰਾਮੈਨ ਗੇਲੇ ਦੇ ਨਾਲ ਗੁਰਸੇਵਕ ਸਿੰਘ ਬਰਾੜ ਗੌਰ ਬਰਾੜ ਚੈਨਲ ਤੋਂ ਸੋਹਣਾ ਬਣ ਗਿਆ ਮਿਲਣ ਡਾਇਰੈਕਟਰ ਤੇ ਬਈ ਉਹ ਕਹਿੰਦੇ ਨਵਾਂ ਟਰੈਕਟਰ ਹੈਗਾ ਇਹਨੂੰ ਅਸੀਂ ਟਰਾਲੀ ਤੇ ਲਾਉਂਦੇ ਨਹੀਂ ਤਾਂ ਕਰਕੇ ਆਪਣਾ ਟਰੈਕਟਰ ਉੱਥੇ ਛੱਡਿਆ ਉਹਨਾਂ ਨੂੰ ਬਸ ਝੋਨਾ ਵੱਢ ਕੇ ਉਹ ਲੈ ਆਵਾਂਗੇ ਧੋਨੇ ਆਪਾਂ ਇਹਦੇ ਨਾਲ ਮਾੜਾ ਮੋਟਾ ਕੰਮ ਲੈ ਲੈਂਗੇ ਇਹਦਾ ਲੈਣਾ ਤਕੜੀ ਬੜੀ ਮਾਈ ਕਰ ਲਏ ਕੰਮ ਕਰ ਪੀ ਲਈ ਚਾਏ ਠੀਕ ਆ ਭਾਈ ਤੇ ਸਹਿਜ ਹੋ ਰਿਹਾ ਨਹੀਂ ਹਲੇ ਲੋਟ ਆ ਭਾਈ ਤੇ ਇੱਧਰ ਆ ਰੰਗ ਕਰਨ ਦੀ ਤਿਆਰੀ ਐਨ ਜਮਾਂ ਦੋਨੇ ਪੈਪਾਂ ਨੂੰ ਆਹ ਪੈਪ ਦਾ ਟੁਕੜਾ ਆਪਾਂ ਹੁਣ ਲੈ ਕੇ ਆਉਂਦਾ ਅਤੇ ਸਮਾਂ ਹੁੰਦਾ ਗਾ 2:20 ਦਾ ਅਤੇ ਅੱਜ ਇੱਕ ਕੰਮ ਰਹਿ ਗਿਆ ਅੱਧ ਵਿਚਾਲੇ ਅਚਾਰ ਪੱਟਣ ਵਾਲਾ ਅਤੇ ਉਹ ਹੁਣ ਪੱਟਦਾ ਗਾ ਜਨੀਰੇ ਦੇ ਮੌਕੇ 'ਤੇ ਪਹਿਲਾਂ ਬਾਗੇ ਸੀਗਾ ਕਿੱਥੇ ਰੂੜੀ ਗੁਰਮੇਲ ਮਿੱਤਰ ਨਾਲ ਵਾਹਵਾ ਟਾਈਮ ਬਾਅਦ ਅੱਜ ਅਸੀਂ ਦੋਨੇ ਇਕੱਠੇ ਹੋਏ ਸੀ ਕੁਛ ਉੱਥੇ ਟਾਈਮ ਲੱਗ ਗਿਆ ਅਯੋ ਰੇ ਹੁਣ ਕੀ ਕਹਿੰਦੇ ਸੀ ਮੰਮੀ ਸਾਡੇ ਭਾਈ ਇੱਥੇ ਮਖਾਲ ਲੱਗਿਆ ਪਿਆ ਹੈਗਾ ਇੱਧਰ ਦਿਖਾਉਣਾ ਤੁਹਾਨੂੰ ਮੈਂ ਆਹ ਫੜੇ ਮੰਮੀ ਕੰਘਾ ਭਾਰੀ ਆ ਟੋਕਰਾ ਮੂੰਹ ਤਾਂ ਮਾਰ ਦਿੰਦੇ ਹਾਂ ਮਖਾਲ 'ਤੇ ਆਪਾਂ ਆਹ ਤੂੜੀ ਵਾਲੇ 'ਚ ਤੈਨੂੰ ਕੋਈ ਭਜਾਉਣ ਦਾ ਤਰੀਕਾ ਅਸੀਂ ਇਹਨੂੰ ਕੋਈ ਭਜਾਉਣ ਦਾ ਤਰੀਕਾ ਹੋਵੇ ਦੱਸਿਓ ਬਾਈ ਤੇ ਚਾਚਾ ਕਹਿੰਦਾ ਸੀ ਚਵਾ ਲੈਂਦੇ ਹਾਂ ਕਿਸੇ ਤੋਂ ਉੱਧਰ ਚਾਚੇ ਕੇ ਗੱਗੂ ਕੇ ਵੀ ਲੱਗਿਆ ਪਿਆ ਹੈਗਾ ਇੱਕ ਮਖਿਆਲ ਤੇ ਵੱਡਾ ਹੀ ਵਾਲਾ ਹੋ ਗਿਆ ਹਾਂ ਓਪੜੇ ਜੀ ਓਪੜੇ ਕੀ ਕਰੀ ਜਾਂਦਾ ਮੰਮੀ ਇੱਥੇ ਮਖਿਆਲ ਪੈ ਯੂ ਮਾਂਗਰ ਤੇ ਅਚਾਰ ਅੱਜ ਜਮਾਂ ਐਨ ਮੌਕੇ 'ਤੇ ਪੱਟ ਰਹੇ ਹਾਂਗੇ ਨਹੀਂ ਉਦੇ ਹੁੰਦੇ ਜਮਾਂ ਪਹਿਲਾਂ ਤੜਕੇ ਪੱਟ ਕੇ ਰੱਖ ਦਿੰਦਾ ਹੁੰਦਾ ਸੀਗਾ ਇਸ ਵੇਲੇ ਪਾਉਂਦਾ ਹੁੰਦਾ ਸੀ 2:30-3 ਵਜੇ ਨੀਰਾ ਅਤੇ ਹੁਣ ਚੱਲ 20 ਮਿੰਟ ਹਵਾ ਹੀ ਲਵਾ ਦਿਆਂਗੇ ਫਿਰ ਕੰਮ ਸੂਤ ਹੋ ਜੂਗਾ ਕੁਛ ਹਵਾ ਹੀ ਨਿਕਲ ਜੂ ਮਾੜੀ ਮੋਟੀ ਅਤੇ ਆਪਣਾ ਨੀਰਾ ਪਾਉਣ ਤੋਂ ਬਾਅਦ ਅੱਜ ਕੱਗੂ ਕਾ ਨੀਰਾ ਪਾਉਣ ਵੀ ਜਾਣਾ ਹੈਗਾ ਉਹਨੇ ਇਹਨੂੰ ਖਿਲਾਰ ਦਿੰਦੇ ਹਾਂ ਇੱਥੇ ਸ਼ਾਮ ਏ ਹਵਾ ਲੈ ਲੂਗਾ ਥੋੜ੍ਹੀ ਜਿਹੀ ਇਹ ਸਮਾਂ ਹੋਇਆ ਪੂਰਾ 3:05 ਦਾ ਅਤੇ ਇੱਧਰ ਦੇਖਦੇ ਹਾਂ ਜਾ ਕੇ ਕੱਗੂ ਕੀ ਕੱਟੀ ਕਿਵੇਂ ਇਹਦੇ ਨਾਲ ਨੀਰਾ ਚਾਰਾ ਪਾਉਂਦੇ ਹਾਂ ਉਹ ਕਿਵੇਂ ਚਾਚਾ ਆ ਗਿਆ ਮੈਂ ਲੇਟ ਹੋ ਗਿਆ ਪਹਿਲਾਂ ਮੈਂ ਰੂੜੀ ਪਾ ਕੇ ਆਇਆ ਉੱਧਰੋਂ ਲੇਟ ਆਏ ਅਤੇ ਹੁਣ ਨੀਰਾ ਪਾ ਕੇ ਆਇਆ ਉੱਧਰ ਮੇਰੇ ਲਾਉਣਾ ਕਿਵੇਂ ਆ ਕੱਟੀ ਲੋਟਾ ਹਾਂ ਘੋੜੇ ਠੀਕ ਆ ਹੋਰ ਖਾਣਾ ਲਿਫਾਫਾ ਇੱਕ ਅੱਧਾ ਹੈਂ ਟੌਂ ਟੌਂ ਠੀਕ ਆ ਬਈ ਚਾਚਾ ਕਹਿੰਦਾ ਕੱਟੀ ਹੁਣ ਅਤੇ ਪਹਿਲਾਂ ਵੀ ਦੇਖ ਗਏ ਸੀਗੇ ਘਰ ਦੇ ਕਹਿੰਦੇ ਠੀਕ ਆ ਹੁਣ ਤਾਂ ਹਾਂ ਟੋਕਾ ਮੋਟਾ ਕਿਵੇਂ ਕਰਦੀ ਆ ਮਸ਼ੀਨ ਚਾਚਾ ਇਹ ਛੁਰੀਆਂ ਕੇ ਦਾਤ ਨੇ ਦਾਤ ਆ ਨੇੜੇ ਕਰ ਦਿੰਦੇ ਮਾੜੇ ਜੇ ਕੋਈ ਨਾ ਘੱਟ ਹੀ ਪਾਊਂਗਾ ਖਾ ਲਓ ਖਾ ਲਓ ਖਾ ਲਓ ਅੱਜ ਤੁਹਾਡੇ ਨਵੇਂ ਤਰੀਕੇ ਨਾਲ ਹਲਾ ਰਲਿਆ ਹੋਇਆ ਮਿਲਿਆ ਅਤੇ ਹਰੇਕ ਬੰਦੇ ਦੇ ਹੱਥ ਦਾ ਫਰਕ ਹੁੰਦਾ ਬਈ ਗੱਗੂ ਦੇ ਮਾਸੀ ਹੋਰੇ ਹੋਰ ਤਰ੍ਹਾਂ ਲਾਉਂਦੇ ਹੋਣਗੇ ਆਪਾਂ ਥੋੜ੍ਹਾ ਹੋਰ ਫਰਕ ਨਾਲ ਰਲਿਆ ਹਰਾ ਥੋੜ੍ਹਾ ਜਿਹਾ ਮੋਟਾ ਬਾਕੀ ਕੰਮ ਠੀਕ ਆ ਬੱਜਦੀਆਂ ਮੰਨਾ ਬਾਕੀ ਸੀ ਬੰਨਤੀਆਂ ਮੱਝਾਂ ਅਤੇ ਮੰਮੀ ਹੋਰੇ ਵੀ ਮਾਂਗਰੀ ਨਾਲ ਹੀ ਆ ਗਏ ਸੀਗੇ ਅਤੇ ਸਹਾਇਤਾ ਕਰਾਉਣ ਇੱਧਰ ਆਪਣੇ ਮੰਮੀ ਦੋਨੇ ਭੈਣਾਂ ਭੈਣਾਂ ਜੱਟੀਆਂ ਗੋਬਰ ਦੀ ਸੇਵਾ ਲਾਉਣ ਆਈਆਂ ਨੇ ਇਹਨੂੰ ਅੰਦਰ ਹੀ ਪਾ ਦਿਆਂ ਗਾਈ ਨੂੰ ਇਹ ਗੱਗੂ ਦੀਆਂ ਗਾਈਆਂ ਇਹ ਕਿੱਥੋਂ ਇਕੱਠੀਆਂ ਕਰੀ ਜਾਂਦਾ ਇਹ ਗੱਗੂ ਕੇ ਲਾਤੀ ਡਿਊਟੀ ਮੱਝਾਂ 'ਤੇ ਇਹੋ ਜਿਹਾ ਹਾਲ ਹੋ ਗਿਆ ਤੂੜੀ ਕੰਡ
आओ किन्ने लाने केले 3:25 का समा तो 35 मिनट बचे ने अपने को जिम की ड्यूटी ते जाण नू ते उहदे उन्ने दे विच आपां एक पाइप रंग करनी आ ते नाल के फिर जल्दी जल्दी जिम की ड्यूटी जाना ते फटाफट एक काम कर लईए। हुण मैं एक पाइप ही करके जाऊंगा आपां टाइम हो जाऊ जिम की ड्यूटी दा उहने नू यार अज देखी बापा ये जमया होया ना कल आले नालों तां बड़ा फर्क है दा डक्के दा मारिया जी विच ओ यार देखता रहे उहदा डब्बे लीटर च निकल गया सारे जे खाली आ हाँ पा लिया आप थोड़ा जहा बाला नहीं पाते तेल फिर पतला बाला रंग नहीं बाला पतले बाला पतला नहीं करते बाला मोटा भी नहीं है सही है समा आता 4:50 का तो रंग पेंट करके दूजी आप पाइप भी उत्थे रखती सी ते फिर नहा धो के जिम की ड्यूटी चले गए सीगे लेट होंदे सी काल सीगी ते आ किसी मित्र दा सैकल लैके आना स्पैशल बात पाउण घरे आएगा ते कल जिहड़ी बात पाई सीगी उच्चा लम्मा वीर आपे चलावे गोलियां आपे चलावे तीर ते उस बात दा उत्तर किसी वीर ने दिता नहीं ते सहज ने उहदा अद्धा उत्तर देता सी ओह आंदी आ जा पुत्तर ते ठीक है आ जा ते सहज ने यदा उत्तर गल देता सी कि फुल डिगदे आ सूलां भी नहीं आ ते इहदा भाई सही उत्तर सीगा किकर ओ बाहर खड़ी आ उत्थे अपने ते इहदा उत्तर सीगा किकर जिवें किकर दे फुल डिगदे नेगे ते मतलब तीर जिहड़े हैगे उह सूलां ने ते अज नवी बात किहड़ी पा रहे आ मम्मी आ जाओ मम्मी तैयार खड़े आ धारां कढ़न नू इधर नहीं उहदा उत्तर नहीं दसदे उहनूं वाह रब्बा तेरे कम उत्तर दसो मैं दसना गा फिलहाल आपां चलदे अपनी जिम दी रोटी ते वापस स्पेशल बात पाउणी आया सी कि नहीं साइकल लैके मैं थोड़ा जिहा शरीर गर्म हो जाण वाला अज थोड़ा जिहा दुख छिक्कां आ गईआं जांदे नूं ते हुण माहौल अच्छू हो रहा तो इन्ना किसी अपना अज का ब्लॉग लाइक करो शेयर करो नवे आए जनों सबसक्राइब करो फेसबुक से देख लो तो पेज में फॉलो लाजमी कर लो अच्छा सत श्रीकाल बुला बाद दसूंगा तेन कट के ओ आ गया भाई ये तड़के का फिर भाई ये फ्रिज खोल के इतने आलू खा गया बन रही है बस हम नहीं आती पढ़ गई तेज है अपने आलू खा गया उसे ना दो तीन आलू खराब करके सीट गया फ्रिज खोल लिया ने आप ही तो घर उदो है नहीं सीगा कोई ते मम्मी और उधर फिरते सीगे आधा कट के सेल्फ ते रख गया सारा ते भाई दूध नहीं छेड़ा ना जग छेड़ा ना डोल नहीं छेड़ी ते आलू कुचर कुचर इधर परेन मुड़ गया ते चलो बस इतना किसी अपना अज का ब्लॉग जा जा चल ठीक है तो सत श्री अकाल सारे सहज ताज पेज चैनल लाजमी सबसक्राइब करो SAHIJTAJ ताज तो इन्हों के अच्छे ब्लॉग होंगे तो मिलते कल नवे ब्लॉग के नाल सत श्री अकाल जी सारे सहज सत श्री अकाल ब्लॉग बेटे इधर जाके वो तो भग गया।